ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਤਾਂ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਪਿੰਡ ਕਰਤਾਰਪੁਰਾ ਤਹਿਸੀਲ ਤੇ ਜ਼ਿਲ੍ਹਾ ਬਾਈ ਦਾ ਪਟਿਆਲਾ ਤੇ ਨੇੜੇ ਲੱਗ ਗਿਆ, ਬਿਲਕੁਲ ਹਰਿਆਣਾ ਬਾਰਡਰ ਤੇ ਆ ਗਿਆ। ਤੇ ਇੱਕ ਤਾਂ ਦਿਖਾਵਾਂਗੇ ਆਹ ਵੱਛੀ, ਤਕਰੀਬਨ 26 ਕਿਲੋ ਤਿਆਰ ਹੈ ਸੂਆ ਪਹਿਲਾ। ਤੇ ਇੱਕ ਆ ਤਾਜ਼ੀ ਸੂਈ ਮੱਝ ਦਿਖਾਵਾਂਗੇ, ਤੇ ਇੱਕ ਤਾਜ਼ੀ ਆਹ ਦਿਖਾਵਾਂਗੇ, ਤੇ ਇੱਕ ਦਿਖਾਵਾਂਗੇ ਆਹ ਤੋਕੜ ਗੱਬਣ ਝੋਟੀ, ਤੇ ਇੱਕ ਆਹ ਗੱਬਣ ਝੋਟੀ 3.5 ਮਹੀਨਿਆਂ ਦੀ, ਤੇ ਇੱਕ ਦਿਖਾਵਾਂਗੇ ਬੂਰੀ। ਇਹ ਗੱਬਣ ਚੈੱਕ 'ਚ ਨਹੀਂ ਆਉਂਦੀ, ਬਾਕੀ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ, ਕੱਲੀ ਕੱਲੀ ਖੋਲ ਕੇ ਤੋਰ ਕੇ ਦਿਖਾ ਦਾਂਗੇ, ਸਾਰੀ ਗੱਲਬਾਤ ਕਰਾ ਦਾਂਗੇ ਬਾਈ ਨਾਲ। ਆ ਜੂ ਜੀ। ਹੋਰ ਕੀ ਹਾਲ ਆ ਜੀ? ਠੀਕ ਠਾਕ, ਵਧੀਆ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਸਤਿ ਸ਼੍ਰੀ ਅਕਾਲ ਜੀ। ਪੁਰਾਣੇ ਮਾਲ ਦਾ ਕੀ ਬਣਿਆ? ਸਭ ਸੇਲ ਹੋ ਗਿਆ ਜੀ ਆਪਣੇ ਤਾਂ। ਇੱਕ ਸੱਜਣ ਹੋਰ ਆਇਆ ਹੋਇਆ, ਅੱਜ ਵੀ ਇੱਕ ਸੱਜਣ ਵੀਰ ਹੋਰ ਆਏ ਆ। ਇਹ ਵੀ ਝੋਟੀ ਆਪਣੀ ਸੇਲ ਹੋਈ ਹੋਈ ਆ ਜੀ। ਠੀਕ ਹੈ ਗੱਲ। ਇਹ ਵੀ ਆਪਣਾ ਭਰਾ ਜੀ, ਆਪਣਾ ਜਾਫਰਪੁਰ ਤੋਂ ਆਏ ਜੀ। ਜਾਫਰਪੁਰ ਤੋਂ ਜੀ। ਇਹ ਬਾਈ ਵੀ ਦੇਖਦਾ ਵੀਡੀਓ? ਹਾਂਜੀ, ਇਹ ਵੀਡੀਓ ਬਹੁਤ ਦੇਖਦਾ ਜੀ। ਇਹ ਵੀ ਤੁਹਾਡਾ ਜੀ ਦਰਸ਼ਕ, ਤੁਹਾਡੇ ਫੈਨ ਹੈ ਜੀ ਤੁਹਾਡੇ। ਫੈਨ ਵਾਲਾ ਕੰਮ ਤਾਂ ਕਿੱਥੇ, ਵੱਡਾ ਭਾਈ ਆਪਣਾ। ਨਹੀਂ ਨਹੀਂ ਜੀ, ਤੁਹਾਡੇ ਫੈਨ ਹੈ ਦਾ। ਸ਼ੁਰੂ ਕਿਹੜੇ ਬੰਨੋਂ ਕਰੀਏ ਬਾਈ? ਮੈਂ ਜਿੱਥੋਂ ਮਰਜ਼ੀ ਕਰ ਲਓ ਸ਼ੁਰੂ, ਭਾਵੇਂ ਬੂਰੀ ਤੋਂ ਕਰ ਲਓ, ਭਾਵੇਂ ਗਾਈ ਤੋਂ ਕਰ ਲਓ। ਮੈਂ ਕਹਿੰਦਾ ਬੂਰੀ ਤੋਂ ਕਰ ਦਿਆ। ਲਓ ਜੀ, ਬੂਰੀ ਤੋਂ ਕਰ ਦਿਆ, ਧੋਰ ਖੋਲ ਕੇ। ਲਓ ਜੀ, ਧੋਰ ਖੋਲ ਕੇ ਇਧਰਲੇ ਬੰਨੇ। ਬੂਰੀ ਵੀ ਬਹੁਤ ਵਧੀਆ ਬੂਰੀ ਹੈ ਜੀ। ਬੂਰੀ ਕੱਟੀ ਦਿਖਾਵਾਂਗੇ, ਪਿੱਠ ਦੀ ਚੜਾਈ ਦਿਖਾ ਦੇਣਾ ਤੁਹਾਨੂੰ, ਇੱਥੋਂ ਜੋ ਮੱਝਾਂ ਦੀ ਹੁੰਦੀ ਆ ਉਹ ਗੱਲਬਾਤ ਹੀ ਆ। ਲੈ ਚੱਲ ਬਾਈ, ਐਨ ਉਮਰ ਕਿੰਨੀ ਹੋ ਗਈ ਦੀ? ਉਮਰ ਇਹ 2 ਦੰਦ ਹੈ ਜੀ ਮੂੰਹ ਤੋਂ। 2 ਦੰਦ? ਹਾਂਜੀ। ਗੱਬਣ ਦਾ ਕੀ ਸੀ ਨਾ? ਗੱਬਣ ਇਹ 20 ਦਿਨਾਂ ਦੀ ਹੈ ਜੀ। 20 ਦਿਨਾਂ ਦੀ? ਹਾਂਜੀ। ਆ ਗੱਬਣ ਹੈਗੀ ਆ 20 ਦਿਨਾਂ ਦੀ, ਪਰ ਆ ਗਈ ਆਪਾਂ ਕਹਿ ਲਈਏ ਵੀ ਪਿਓਰ ਬੂਰੀ ਚ ਆ ਗਈ। ਹਾਂਜੀ, ਪਿਓਰ ਬੂਰੀ ਆ ਜੀ, ਇਹਦੇ ਮੱਥੇ 'ਚ ਵੀ ਬਲ ਨਹੀਂ ਹੈਗਾ ਜੀ। ਆ ਬਾਡੀ ਦੀ ਵੀ ਚੰਗੀ ਆ, ਤੇ ਸਿੰਗ ਰੱਖਦੀ ਆ ਬਿਲਕੁਲ ਬੰਦ, ਤੇ ਗੱਬਣ ਆਪਾਂ ਨਹੀਂ ਕਰਾਈ ਆ ਕਿ ਕਰਾਈ ਹੋਈ ਆ? ਹਾਂਜੀ, ਗੱਬਣ ਕਰਾਈ ਹੋਈ ਹੈ ਜੀ, 20 ਦਿਨਾਂ ਦੀ ਗੱਬਣ ਆ ਜੀ। ਠੀਕ ਆ, ਬੋਲੀ ਤਾਂ ਨਹੀਂ ਦੁਬਾਰੇ ਫਿਰ? ਨਾ, ਅਜੇ ਬੋਲੀ ਨਹੀਂ, ਇਹਨੇ ਕੜ ਕਰਤਾ ਜੀ, ਉਦਾਂ ਰਹੂਗੀ। ਚਾਂਸ ਹੈਗੇ? ਚਾਂਸ ਪੂਰੇ ਆ ਜੀ। ਆ ਦੰਦਾਂ 'ਚ ਆ ਗਈ, 2 ਦੰਦ ਲੈ ਚੱਲ ਬਾਈ। ਹਾਂਜੀ, ਜਿਵੇਂ ਸੱਜਣ ਹੁੰਦੇ ਨੇ ਨਾ ਆਪਣੇ ਬੂਰੀ ਦੇ ਸ਼ਕੀਨ, ਉਹਨਾਂ ਵਾਸਤੇ ਲੈ ਕੇ ਆ ਬੂਰੀ ਕੱਟੀ ਬਾਈ। ਬਹੁਤ ਜ਼ਿਆਦਾ ਡਿਮਾਂਡ ਸੀ ਬੂਰੀ ਦੀ ਜੀ। ਤੇ ਬਾਡੀ ਆ ਜਿਹੜੀ, ਬਾਡੀ ਜਿਵੇਂ ਤੁਹਾਨੂੰ ਦੱਸਿਆ ਨਾ, ਚੌੜੀ ਬਾਡੀ ਦੀ ਆ ਗਈ ਉੱਤੋਂ, ਤੇ ਆ ਗਈ ਬਰੀਕ ਫੁੱਲ। ਦੰਦਾਂ 'ਚ ਆ ਗਈ 2 ਦੰਦ, ਝੋਲੀ ਦੇਖੋ, ਝੋਲੀ ਬਹੁਤ ਸੋਹਣੀ ਆ। ਸਿੰਗਲ 'ਚ ਆ ਗਏ, ਤਕਰੀਬਨ ਫਾਲਤੂ ਨਹੀਂ ਹੈਗਾ ਕੋਈ ਵੀ, ਇੱਥੋਂ ਤੁਹਾਨੂੰ ਝੋਲੀ ਦਿਖਾ ਦਿੰਦੇ, ਇਹਦੀ ਤੇ ਬਲ ਬੁਲ ਵੀ ਕਾਫੀ ਨੇ। ਗੱਬਣ ਕਿਹੜੇ ਤੋਂ ਬਾਈ? ਇਹ ਬੂਰੇ ਰਾਂਝੇ ਕੋਲੋਂ ਆ ਜੀ। ਇਹ ਕਿਹੜਿਆਂ ਦਾ ਆ ਗਿਆ? ਬੂਰਾ ਬੂਰਾ ਰਾਂਝਾ ਜੀ, ਇਹਨੇ ਹਰਿਆਣੇ ਦਾ ਜੀ ਆਪਣੇ। ਕਿਉਂਕਿ ਥਣਾਂ ਦੀ ਦਿੱਕਤ ਹੀ ਹੁੰਦੀ ਆ ਕੱਟੀਆਂ 'ਚ, ਵੀ ਥਣ ਫਾਲਤੂ ਨਾ ਹੋਵੇ। ਥਾਣੇ ਦੇ ਆ ਗਏ ਸਿੰਗਲ 4, ਸ਼ਕੀਨ ਵਾਲੇ ਸ਼ਕੀਨੀ ਵਾਲੇ ਪੱਖ ਤੋਂ ਵੀ ਐਨ ਪੂਰੀ ਆ ਗਈ। ਤੇ ਜਿਵੇਂ ਆਪਾਂ ਤੁਹਾਨੂੰ ਗੱਲ ਕਰ ਲਈਏ, ਸਿੰਘ ਵੀ ਇਹਦਾ ਬੰਦ ਆ, ਉਂਗਲ ਨੀ ਪੈਂਦੀ ਜੀ, ਬਿਲਕੁਲ ਬੰਦ ਸਿੰਘ ਜੀ ਆ ਗਏ। ਤੇ ਬਾਡੀ ਦੀ ਵੀ ਚੰਗੀ ਆ ਉੱਤੇ। ਹਾਂਜੀ, ਤੇ ਹੁਣ ਆ ਗਿਆ ਆਪਾਂ 2 ਨੰਬਰ ਵਾਲੀ ਤੇ ਧੋਰ ਬਾਈ ਖੋਲ ਕੇ। ਇਹ ਗੱਬਣ? ਗੱਬਣ ਇਹ ਚੈੱਕ ਪਾ 3.5 ਮਹੀਨੇ ਦੀ। 3.5 ਦੀ? ਹਾਂਜੀ। ਇਹ ਕਿਹੜੇ ਤੋਂ ਗੱਬਣਾ ਪਤਾ ਕੁਛ ਦਾ? ਇਹ ਹੈਗਾ ਜੀ ਸਟਾਰ, ਹੈਗਾ ਜੀ ਆਪਣੇ ਕੋਲ। ਠੀਕ ਹੈ ਗੱਲ, ਇਹਦੇ ਪੱਕਾ ਯਾਦ ਨਹੀਂ ਉਦਾਂ ਜੀ, ਪਰ ਵਧੀਆ ਚ ਕੱਟੇ ਕੋਲੋਂ ਆਈ ਗੱਬਣ ਸਿੰਘ। ਇਹਦਾ ਵੀ ਬੰਦਾ ਤੇ ਸਟਰਾ ਬਾਈ ਕਹਿੰਦਾ ਆਪਾਂ ਤੁਹਾਨੂੰ ਇਹਦਾ ਵੀ ਦੇ ਦਾਂਗੇ, ਜਿਹੜੇ ਤੋਂ ਇਹ ਗੱਬਣ ਹੈ। ਇਹ ਤਾਂ ਆਪਣੇ ਘਰ ਦੀ ਹੈ ਜੀ ਕੱਟੀ। ਦੰਦਾਂ 'ਚ ਕਿਵੇਂ ਬਾਈ ਇਹ? 2 ਦੰਦ ਆ ਜੀ। ਜ਼ਿਆਦੇ ਤਾਂ ਨਹੀਂ 2 ਤੋਂ? ਹਾਂਜੀ, ਨਾ ਜੀ ਨਾ, ਚੈੱਕ ਕਰਾਉਂਦੇ ਆ ਜੀ ਇਹਨਾਂ ਨੂੰ। ਠੀਕ ਹੈ ਗੱਲ। ਹਾਂਜੀ, ਗੱਬਣ ਚੈੱਕ ਪਾਸ ਕਰਾਈ? ਹਾਂਜੀ, ਅਜੇ ਕੱਢਣੀ ਰਹੀ ਆ ਜੀ 2 ਦੰਦ। ਆ ਦੇਖੋ, ਆ ਲੈ ਚੱਲ, ਲੈ ਚੱਲ, ਕੋਈ ਨਹੀਂ ਉਧਰਲੇ ਬੰਨੇ ਲੈ ਜਾ, ਤੰਗ ਨਾ ਕਰ ਜਾਵੇ। ਆ ਦੇਖੋ, 2 ਦੰਦ ਕੱਢਦੀ ਆ ਜੇ ਸਿੰਘ ਆ ਗਿਆ ਬਿਲਕੁਲ ਬੰਦ। ਲੈ ਬਾਈ ਕਹਿੰਦਾ ਦਿਖਾਈ ਦਿੰਦੇ ਆ ਤੁਹਾਨੂੰ, ਇਹ ਬੰਨ ਕੇ ਦਿਖਾ ਦੇ ਉੱਥੇ। ਕੋਈ ਨਾ ਕੋਈ ਨਾ, ਆ ਦੇਖੋ ਅਜੇ ਕੱਢਦੀ ਆਈ। ਵਾ ਲੈ ਚੱਲ, ਆ ਦੰਦ 2 ਤੋੜ ਕੇ ਚੱਕੇ ਨੇ, ਕਹਿ ਨਹੀਂ ਸਕਦੇ ਵੀ ਬਰਾਬਰ ਆ। ਤੇ ਬਾਡੀ ਦੀ ਸੋਹਣੀ ਆ, ਚੌੜੀ ਆ ਉੱਤੋਂ, ਕੱਦ ਵੀ ਠੀਕ ਆ, ਤੇ ਦੰਦਾਂ 'ਚ 2 ਦੰਦ ਤੁਹਾਨੂੰ ਚੈੱਕ ਆਪਾਂ ਨੇ ਇਹਦੇ ਕਰਾਈ ਦਿੱਤੇ। ਗੱਬਣ ਹੈਗੀ ਆ ਇਹ 3.5 ਮਹੀਨਿਆਂ ਦੀ ਚੈੱਕ ਪਾਸ।
ਇੱਕ ਗੱਲ ਹੋਰ ਦੱਸ ਦੇਣਾ, ਜਿਹੜਾ ਸੱਜਣ ਇਹਨੂੰ ਲੈ ਕੇ ਜਾਊਗਾ ਉਹ ਬਾਈ ਦੇ ਘਰੇ ਚੈੱਕ ਕਰਾ ਕੇ ਲੈ ਜਾਓ ਇੱਕ ਵਾਰੀ, ਡਾਕਟਰ ਚਾਹੇ ਆਪਦਾ ਲੈ ਆਇਓ, ਥਾਣੇ ਇਹਦੇ ਵੀ ਸਿੰਗਲ ਚਾਰ ਨੇ, ਫਾਲਤੂ ਨਹੀਂ ਹੈਗਾ ਕੋਈ ਵੀ, ਤੇ ਪੈਸਿਆਂ ਦਾ ਕਿਵੇਂ ਕਰਾਂਗੇ ਇਹਨਾਂ ਦਾ? ਪੈਸੇ ਫੋਨ ਤੇ ਦੱਸ ਦਾਂਗੇ ਜੀ ਰੇਟ ਦਾ। ਵਾਲੇ ਤਾਂ ਨਹੀਂ ਮੰਗਦਾ? ਨਾ ਜੀ ਨਾ, ਵਾਲੇ ਆਪਣੇ ਕੋਲ ਮੰਗਣੇ ਜੀ। ਤੇ ਹੁਣ ਲੈ ਆ ਤਿੰਨ ਨੰਬਰ ਵਾਲੀ। ਹਾਂਜੀ ਹਾਂਜੀ, ਇਹ ਚੈੱਕ ਕਰਾ। ਇਹ ਦੂਸਰੇ ਸੂਆ ਸੂਈ ਹੋਈ ਹੈ ਜੀ। ਬੱਚਾ ਕੀ ਆ ਨਾਲ? ਕੱਟਾ ਜੀ ਮਗਰ। ਬੋਲਾ। ਹਾਂਜੀ ਹਾਂਜੀ। ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ? ਇਹਨੂੰ ਹੋਈ ਗਈ 7 ਮਹੀਨੇ। 7 ਮਹੀਨਿਆਂ ਦੀ ਸੂਈ ਗੱਬਣ ਵੀ ਆ ਬਾਈ? ਇਹ ਗੱਬਣ 5 ਮਹੀਨਿਆਂ ਦੀ ਹੈ ਜੀ। ਪੂਰਿਆਂ ਦੀ? ਹਾਂਜੀ ਪੂਰੇ 5 ਮਹੀਨਿਆਂ ਦੀ ਗੱਬਣ ਹੈ। ਆਏ ਆ ਗਈ ਪੂਰੇ 5 ਮਹੀਨਿਆਂ ਦੀ ਗੱਬਣ ਚੈੱਕ ਪਾਸ। ਸੂਆ ਕਿਹੜਾ ਬਾਈ ਦਾ? ਦੂਸਰਾ ਸੂਆ ਜੀ। ਦੂਜਾ ਸੂਆ 5 ਮਹੀਨਿਆਂ ਦੀ ਗੱਬਣ ਚੈੱਕ ਪਾਸ। ਦੁੱਧ ਹੁਣ ਕਿੰਨਾ ਇਹਦੇ ਕੋਲੇ? ਦੁੱਧ ਇਹਨੂੰ 9 ਕਿਲੋ ਆ ਜੀ। 9 ਹੈਗਾ? ਹਾਂਜੀ ਪੱਕਾ ਜੀ। ਡੰਗ ਤੋਂ ਡੰਗ ਚ ਪਾ ਦਾਂਗੇ? 9 ਜਿੱਦਾਂ ਮਰਦੀ ਕੋਈ ਚੋਵੇ ਜੀ। ਵਾਢੀ ਦੀ ਚੰਗੀ ਆ ਇਹ ਵੀ। ਸੂਆ ਦੂਜਾ 5 ਮਹੀਨਿਆਂ ਦੀ ਗੱਬਣ ਮਿਲਦੀ 2 ਟਾਈਮ ਟੀਕੇ ਤੇ ਆ ਜੀ। ਕੱਟੇ ਤੇ ਨਹੀਂ ਮਿਲਦੀ? ਕੱਟੇ ਤੇ ਨਹੀਂ ਮਿਲਦੀ ਜੀ, ਟੀਕੇ ਤੇ ਮਿਲਦੀ ਆ। ਬੱਚੇ ਦਾ ਫਾਇਦਾ ਕੀ ਹੋਇਆ ਇਹਦਾ? ਮੇਰਾ ਫਾਇਦਾ ਤਾਂ ਬਸ ਹੁਣ ਇਹ ਟੀਕੇ ਤੇ ਲੱਗ ਗਈ, ਟੀਕੇ ਤੇ ਮਿਲਦੀ ਆ। ਠੀਕ ਹੈ, ਕਹ ਲੂੰ ਬੱਚਾ ਕਹਿ ਕੇ ਦਈਏ। ਬੱਚਾ ਦਾ ਨਾਲ ਹੀ ਦੇਵਾਂਗੇ ਆਪਾਂ? ਹਾਂ ਬੱਚਾ ਨਾਲ ਹੀ ਦੇਵਾਂਗੇ ਜੀ। ਮਿਲਦੀ ਬਾਈ ਕਹਿੰਦਾ 2 ਡੰਗ ਟੀਕੇ ਤੇ। ਕਿੰਨਾ ਦੁੱਧ ਦੱਸਿਆ ਸੀ? 9 ਕਿਲੋ ਜੀ। 9 ਕਿਲੋ ਪੂਰੇ 5 ਦੀ ਗੱਬਣ? ਹਾਂਜੀ ਪੂਰੇ 5 ਦੀ ਗੱਬਣ। ਆ ਗੱਬਣ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਇਹਨਾਂ 'ਚ 2 ਨਾਗ ਗੱਬਣ ਨੇ ਜਿਹੜੇ ਚੈੱਕ ਪਾਸ 'ਚ ਆਉਂਦੇ ਨੇ। ਉਹ ਦੋਨੇ ਜਿਹੜਾ ਵੀ ਸੱਜਣ ਲਿਜਾਊਗਾ ਉਹ ਬਾਈ ਕੋਲੇ ਉਰੇ ਘਰੀ ਚੈੱਕ ਪਾਸ ਕਰਾ ਕੇ ਲੈ ਜਾਓ ਆਪਦਾ ਡਾਕਟਰ ਲਿਆ ਕੇ, ਕਿਉਂਕਿ ਬਾਅਦ ਦੀ ਇਹਨਾਂ ਚੀਜ਼ਾਂ ਦੀ ਕੋਈ ਕੋਟ ਨਹੀਂ ਹੁੰਦੀ ਹੁੰਦੀ ਗੱਬਣ ਦੀ। ਇੱਥੋਂ ਤੁਸੀਂ ਬਾਈ ਤੋਂ ਲੈ ਜਾਓ ਚੈੱਕ ਕਰਾ ਕੇ, ਤੇ ਮੁੱਲ ਬਾਈ ਇਹਨਾਂ ਦੇ ਦੱਸੂਗਾ ਤਕਰੀਬਨ ਸਾਰੇ ਪਸ਼ੂਆਂ ਦੇ ਫੋਨ ਤੇ। ਆਹ ਝੋਟੀ ਦਾ ਕੀ ਸੀ ਨਾ ਬਾਈ? ਇਹ ਸੂਈ ਹੋਈ ਹੈ ਜੀ, 15 ਲੀਟਰ ਦੁੱਧ ਤਿਆਰ ਆ ਇਹਦੇ ਥੱਲੇ, 10 ਦਿਨਾਂ ਦਾ ਸੂਆ ਜਿਹੜਾ। ਬੱਚਾ ਕੀ ਆ ਨਾਲ ਇਹਦੇ? ਬੱਚਾ ਕੱਟੀ ਆ ਜੀ ਮਗਰ। ਨਾਲ ਕੱਟੀ ਆ ਗਈ। ਇਹ ਰੰਗ ਕਿਵੇਂ ਹੋ ਰਿਹਾ ਹੈ ਜਿਹਦਾ? ਰੰਗ ਤਾਂ ਜੀ ਅੰਦਰ ਖੜੀ ਰਹੀ ਉੱਥੇ ਜਿੱਥੋਂ ਆਈ ਆ। ਠੀਕ ਹੈ ਗੱਲ। ਅੰਦਰ ਕਰਕੇ ਜੀ ਤਾਂ ਕਰਕੇ ਰੰਗ ਥੋੜਾ ਲਾਲੀ ਜੀ ਚਾ। ਅੰਦਰ ਕਰਕੇ ਰੰਗ ਇਹਦਾ ਜਿੱਦਾਂ ਆਪਾਂ ਕਹਿ ਲਈਏ ਸ਼ੈੱਡ ਥੱਲੇ ਖੜਾ। ਹਾਂ ਸ਼ੈੱਡ ਥੱਲੇ ਖੜੀ ਰਹੀ ਹੈ ਜੀ ਅੰਦਰ ਹੀ। 15 ਕਿਲੋ ਹਾਜ਼ਰ ਆ? 15 ਕਿਲੋ ਹਾਜ਼ਰ ਆ ਜੀ। ਡੰਗ ਤੋਂ ਡੰਗ ਚ ਪਾਵਾਂਗੇ? ਹਾਂਜੀ ਹਾਂਜੀ। ਚਵਾਈ ਦੀ ਕਿਵੇਂ ਆ ਇਹ? ਚਵਾਈ ਫੋਕੀ ਆ ਜੀ ਬਿਲਕੁਲ। ਟਾਇਟ ਤਾਂ ਨਹੀਂ? ਨਾ ਬਿਲਕੁਲ ਫੋਕੀ। ਜਿਹੜੇ ਹਿਸਾਬ ਨਾਲ ਮੈਨੂੰ ਥਣ ਦੀ ਸ਼ੇਪ ਜੀ ਨਾ ਜੀ ਨਾ ਥਣ ਤਾਂ ਚਲੋ ਸ਼ੇਪ ਹੈ, ਬਾਕੀ ਚਵਾਈ ਬਿਲਕੁਲ ਫੋਕੀ ਆ ਜੀ। ਚਵਾਈ ਦੀ ਬਾਈ ਕਹਿੰਦਾ ਫੋਕੀ ਆ ਗਈ ਬਿਲਕੁਲ। ਤੇ ਦੁੱਧ ਜਿੰਨਾ ਬਾਈ ਦੱਸੂਗਾ ਸੂਏ ਹੋਏ ਪਸ਼ੂਆਂ ਦਾ, ਉਹ ਡੰਗ 2 ਡੰਗ 4 ਡੰਗ ਤੁਹਾਡਾ ਚੋ ਕੇ ਲਿਜਾਣ ਦਾ ਫਰਜ਼ ਆ, ਉਹ ਤੁਸੀਂ ਬਾਈ ਕੋਲੋਂ ਤਸੱਲੀ ਕਰਕੇ ਲੈ ਜਾਓ। ਆਰਡਰ ਰੱਖਦੀ ਆ ਪੂਰਾ ਚੌੜਾ। ਚਵਾਈ ਦੀ ਬਾਈ ਕਹਿੰਦਾ ਹੈਗੀ ਆ 100 ਦੀ 100, ਤੇ ਨਾਲ ਵੀ ਇਹਦੇ ਕੱਟੀ ਆ ਬਾਈ? ਕੱਟੀ ਮਗਰ ਆ ਜੀ। ਹਾਂ ਤੇ ਨਾਲ ਇਹਦੇ ਆ ਗਈ ਕੱਟੀ, ਇਹ ਆ ਗਈ 4 ਨੰਬਰ ਤੇ, ਨੰਬਰ ਮੁਤਾਬਕ ਗੱਲਬਾਤ ਕੱਟੀ ਵੀ ਇਹਦੀ। ਤੁਹਾਨੂੰ ਦੱਸ ਦਈਏ M29 ਦੇ ਬੱਚੇ ਦੀ ਅਗਾੜੀ, M29 ਦੇ ਠੀਕ ਆ ਜੀ, ਕੱਟੇ ਦੀ ਅਗਾੜੀ ਸਟਾਰ ਹੈਗਾ। ਕਿੰਨਾ ਦੁੱਧ ਪਾ ਦੂਗੀ ਇਹ ਕੱਟੀ? ਇਹ ਝੋਟੀ ਪੀਕ ਲੈਵਲ ਤੇ? ਹਾਂ ਪੀਕ ਲੈਵਲ ਦੇ 16 ਕਿਲੋ ਦੇ ਚਲੇ ਜੂਗੀ ਜੀ। ਹੁਣ 15 ਕਿਲੋ? ਹੁਣ 15 ਕਿਲੋ ਦੁੱਧ ਆ ਜੀ। ਆਪਾਂ ਐਵੇਂ ਕਿਲੋ ਬਾਲੀ ਦਾ ਮੈਂ 15 ਵਾਲੇ ਆਏ ਕਹਿੰਦੇ ਨੇ ਪੀਕ ਲੈਵਲ ਨਹੀਂ ਨਹੀਂ ਆਪਾਂ ਕਹਿੰਦੇ ਕੋਈ 17 ਕਰ ਲੈ 18 ਕਰ ਲੈ, ਆਪਾਂ ਤਾਂ ਕਿਲੋ ਖੰਡ ਦਾ ਕਮਾਂਗੇ, ਕਿਲੋ ਖੰਡ ਦੀ ਓਟ ਹੋਦਾ ਲੋਕ ਦੀ ਓਟ ਦੱਸਦੀ। ਹਾਂ ਐਵੇਂ ਕਿਲੋ ਉਹ ਵੱਧ ਦਸੀ ਜਾਣਾ ਉਹਦੇ ਵੱਧ ਦੇ ਲਾਲਚ ਨਾਲ। ਸੂਆ ਕਿੰਨੇ ਦਿੰਦਾ ਇਹਦਾ? 10 ਦਿਨਾਂ ਦਾ ਸੂਆ ਹੋ ਗਿਆ। 10 ਦਿਨਾਂ ਮੈਲੇ ਤਾਂ ਨਹੀਂ ਲੱਗੀ ਅਜੇ? ਨਾ ਮੈਲੇ ਨਹੀਂ ਲੱਗੀ ਜੀ ਅਜੇ। ਠੀਕ ਹੈ ਗੱਲ। ਹਾਂਜੀ ਆ ਮੈਲੇ ਬਾਈ ਕਹਿੰਦਾ ਚੱਲੂਗੀ, ਮੈਲੇ ਹਜੇ ਚੱਲੀ ਨਹੀਂ ਇਹ। ਹੋਰ ਕਿਲੋ ਖੰਡ ਹੋਰ ਵਧਾ ਲੂਗੀ ਜੀ। ਸੂਆ ਕਿਹੜਾ ਦੱਸਿਆ ਸੀ ਇਹਦਾ? ਇਹਦਾ ਦੂਸਰਾ ਸੂਆ ਜੀ, ਦੂਜਾ ਸੂਆ। ਹਾਂਜੀ ਤੇ ਆ ਮੈਂ ਵੀ ਤੋੜਦੇ। ਇਹਦਾ ਸੂਆ ਕਿਹੜਾ? ਇਹਦਾ ਤੀਸਰਾ ਸੂਆ ਜੀ। ਤੀਜਾ ਸੂਆ ਇਹਦੇ ਨਾਲ ਬੱਚਾ ਕੀ ਆ ਬਾਈ? ਇਹਦੇ ਮਗਰ ਵੀ ਕੱਟੀ ਆ ਜੀ। ਆ ਦੋਵਾਂ ਨਾਲ ਹੀ ਕੱਟੀਆਂ ਨੇ? ਦੋਵਾਂ ਨਾਲ ਹੀ ਕੱਟੀਆਂ ਜੀ। ਆ ਤੋੜਦੇ ਖੋਲ ਕੇ ਇਹਦਾ ਸੂਆ ਕਿੰਨੇ ਦਿੰਦਾ ਬਾਈ? ਇਹ 12 ਦਿਨ ਹੋ ਗਏ, 10-12 ਦਿਨ ਸੂਈ ਨੂੰ ਜੀ। ਇਹ ਲੱਗੀ ਤਾਂ ਨਹੀਂ ਮੈਲੇ ਅਜੇ? ਨਹੀਂ ਅਜੇ ਮੈਲੇ ਨਹੀਂ ਲੱਗੀ ਜੀ। ਆਰਡਰ ਸੋਹਣਾ ਰੱਖਦੀ ਆ। ਇਹਦਾ ਕੱਦ ਮੀਡੀਅਮ ਆ ਗਿਆ ਨਾ? ਕੱਦ ਮੀਡੀਅਮ ਆ ਜੀ ਇਹਦਾ। ਆ ਕੱਦ ਇਹਦਾ ਆ ਗਿਆ ਸੱਜਣੋ ਮੀਡੀਅਮ ਤੇ ਆਰਡਰ ਰੱਖਦੀ ਆ ਸੋਹਣਾ, ਤੇ ਥਣ ਦੀ ਸ਼ੇਪ ਵੀ ਸੋਹਣੀ ਰੱਖਦੀ ਆ। ਚਵਾਈ ਚ ਕਿਵੇਂ ਆ ਬਾਈ? ਫੋਕੀ ਆਈ ਚਵਾਈ ਦੀ। ਪੋਲੀ ਜਮਾ? ਪੋਲੀ ਜਮਾ ਚਵਾਈ ਤਾਂ। ਇਹਦੇ ਕੋਲ ਦੁੱਧ ਹਾਜ਼ਰ ਕਿੰਨਾ? ਦੁੱਧ ਇਹ ਥੱਲੇ 12 ਲੀਟਰ ਆ ਜੀ। 12 ਹਾਜ਼ਰ ਹੈ? 12 ਹਾਜ਼ਰ ਆ ਜੀ। ਕਿੰਨਾ ਪਾ ਸਕਦੀ ਆ ਦੁੱਧ? ਬਾਏ 13 ਕਰ ਦਿਓ, 13.5 ਕਰ ਦੂਗੀ।
ਠੀਕ ਹੈ ਗੱਲ, ਐਵੇਂ ਕਰੀ ਜਾਓ ਜੀ। ਦੂਜੇ ਵਪਾਰੀਆਂ ਦਾ ਸਿਸਟਮ ਨੀ ਹੈਗਾ? ਨਹੀਂ ਨਹੀਂ ਜੀ, ਆਪਾਂ ਐਵੇਂ ਕਰ ਦੋ ਜੀ, 15-16 ਕਰ ਜੂਗੀ ਜੀ, ਕੋਈ ਫਾਇਦਾ ਨੀ ਝੂਠ ਬੋਲੀ ਜਾਈਏ। ਜਿੰਨੀ ਕਿਹਦੀ ਜਿਹੜੀ ਕਿਹਦੀ ਕੰਪੈਸਟੀ ਆ ਉਹਦੇ ਹਿਸਾਬ ਨਾਲ ਦੱਸਾਂਗੇ, ਕੰਪੈਸਟੀ ਦੇ ਹਿਸਾਬ ਨਾਲ। ਠੀਕ ਹੈ ਜੀ, ਨਾਲ ਡੰਗਰ ਕਰਨ ਵਾਲਾ ਦੁੱਧ ਉਹਦਾ ਕਰਨ ਵਾਲੇ ਦਾ ਦੱਸਾਂਗੇ ਵੀ ਇਹ ਕਰਨ ਵਾਲਾ ਇੰਨਾ। ਨਾਲ ਇਹਦੇ ਆ ਗਈ ਸੱਜਣੋ ਕੱਟੀ ਕਾਦੇ ਦਾ ਆ ਗਿਆ ਦਰਮਿਆਨਾ, ਆਰਡਰ ਸੋਹਣਾ ਰੱਖਦੀ ਆ, ਆਰਡਰ ਦੇ ਹਿਸਾਬ ਨਾਲ ਓਟ ਦੀ ਵੀ ਆ 15-16 ਕਿਲੋ ਦੁੱਧ। ਨਹੀਂ ਨਹੀਂ ਐਵੇਂ ਝੂਠ ਬੋਲੋ, ਕੋਈ ਫਾਇਦਾ ਨੀ ਜੀ, ਕਰਜੇ 15 ਕਰਜੇ ਜਿਹੜੇ ਹਿਸਾਬ ਆਪਾਂ ਕਵਾਂਗੇ ਉਹ ਜੀ ਪੱਕਾ ਦੱਸਾਂਗੇ ਜੀ ਦੁੱਧ, ਜਿਹੜੇ ਹਿਸਾਬ ਨਾਲ ਇਹਦੀ ਆਰਡਰ ਕੁਆਲਿਟੀ ਆ ਉਹ ਹਿਸਾਬ ਨਾਲ ਆਪਾਂ 13 ਕਿਲੋ ਵੀ ਦੁੱਧ ਚੋਂ ਲੀਟਰ ਲਾ ਲਈਏ ਬਹੁਤ ਹੋ ਜਾਂਦਾ ਜੀ, ਖਾਸਾ ਹੋ 13 ਕਿਲੋ ਦੁੱਧ ਕੋਈ ਥੋੜਾ ਨਹੀਂ ਹੁੰਦਾ, ਬਾਕੀ ਕਹਿਣ ਨੂੰ ਜੋ ਮਰਜ਼ੀ ਕਹੀਏ, 15 ਕਹਿ ਦੋ, 16 ਕਹਿ ਦੋ, ਆਰਡਰ ਦੇਖ ਕੇ ਇਹਦਾ 18 ਵੀ ਕਹਿ ਦੋ ਤਾਂ ਵੀ ਚੱਲ ਜਾਊਗਾ। ਠੀਕ ਹੈ ਗੱਲ, ਜਿਹੜੇ ਹਿਸਾਬ ਨਾਲ ਇਹਦੀ ਆਰਡਰ ਹਿਸਾਬ ਨਾਲ ਇਹਦਾ ਆਰਡਰ 18 ਕਹਿ ਦੋ ਤਾਂ ਵੀ ਆਰਡਰ ਕੁਆਲਿਟੀ ਤੁਹਾਨੂੰ ਕਿਹੜਾ ਜੀ ਹੋਰ ਕਰਾ ਦੇਣਾ ਚੈੱਕ, ਮੈਂ ਇਧਰੋਂ ਆਰਡਰ ਰੱਖਦੀ ਆ ਪੂਰਾ ਚੌੜਾ ਚਬਾਈ ਦੀ ਬਾਈ, ਕਹਿੰਦਾ ਇਹ ਹੈਗੀ ਆ ਬਿਲਕੁਲ ਫੋਕੀ ਜਮਾ। ਹਾਂਜੀ, ਨਾਲ ਆ ਗਈ ਕੱਟੀ ਸੂਆ ਤੀਜਾ, ਤੇ ਇੱਕ ਤੁਹਾਨੂੰ ਆਪਾਂ ਬੈਠ ਦਿਖਾ ਦਿੰਦੇ, ਇੱਕ ਅੱਧੀ ਬੈਠ ਤਕਰੀਬਨ ਹੁੰਦੀ ਆ ਬਾਈ ਕੋਲ ਹਰੇਕ ਵੀਡੀਓ। ਹਾਂਜੀ ਯਾਰ ਬਾਈ, ਹੁਣ ਵੀ ਕੱਲ ਵੀ ਗਈ ਆ ਬੈੜੀ। ਇਹ ਦੰਦਾਂ 'ਚ ਕਿਵੇਂ ਬਾਈ? ਦੰਦਾਂ 'ਚ 4 ਦੰਦ ਆ ਜੀ। ਸੂਆ ਕਿਹੜਾ ਦਾ? ਪਿਓਰ 4 ਦੰਦ ਆ ਜੀ, ਪਹਿਲਾ ਸੂਆ ਜੀ। ਆ ਵੱਡੀ ਬਹੁਤ ਆ ਹਨਾ, ਕੱਦ ਬਹੁਤ ਵੱਡਾ ਜੀ ਬੈੜੀ ਦਾ, ਕੱਦ ਦਾ ਕੋਠੇ ਜੀ, ਇਹ ਸਾਈਵਾਲ ਤੇ HF 'ਚ ਕ੍ਰੋਸ ਆ ਜੀ, ਕੋਠੇ ਜਿਹੜਾ ਆ ਇਹਦੀ ਫੈਟ ਲਾ ਕੇ ਦੇਖੀ ਜੀ ਕੱਲ, 4.5 ਫੈਟ ਆਈ ਆ, 4.5 4.5 ਫੈਟ ਆ ਜੀ, 26 ਕਿਲੋ ਦੁੱਧ ਤੇ, 26 ਕਿਲੋ ਦੁੱਧ ਦੀ, 26 ਕਿਲੋ ਦੁੱਧ 4.5 ਫੈਟ ਆ ਜੀ। ਸੂਆ ਕਿੰਨੇ ਦਿਨ ਦਾ ਹੋ ਗਿਆ? ਇਹਨੂੰ ਸੂਏ ਨੂੰ ਅੱਗੇ ਹੀ ਦੱਸ ਦੇਣਾ, ਜੈਨੂਅਨ ਦੱਸ ਦੇ, 10 ਦਿਨ ਪੂਰੇ ਦੱਸ ਦੇਣਾ ਜੀ। ਤੋਰੀ ਬਾਈ ਇਹਨੂੰ ਮੈਲੇ ਤਾਂ ਨਹੀਂ ਲੱਗੀ? ਨਹੀਂ ਮੈਲਾ ਨਹੀਂ ਲੱਗੀ ਜੀ। ਕਿੰਨਾ ਦੁੱਧ ਪਾ ਦੂਗੀ ਤੇਰੇ ਤਜਰਬੇ ਨਾਲ? ਦੁੱਧ ਦਾ 30 ਲੀਟਰ ਪਾਉਣਾ ਚਾਹੀਦਾ ਬੱਚੀ ਨੂੰ, 4.0 ਫੈਟ ਵਾਲਾ, 4.0 ਫੈਟ ਵਾਲਾ, ਫਿਰ 25 ਕਿਲੋ ਵਾਲੀ ਮੈਂ ਇਹਨੂੰ ਵੀ ਮਾਰ, 25 ਕਿਲੋ ਵਾਲੀ ਮੈਂ ਇਹਨੂੰ ਪਿੱਛੇ ਛੱਡ ਦਿਆ ਜੀ, ਪੈਸੇ ਨਾ ਮੈਂ ਜਿੰਨੇ ਮੰਗ ਲਈ। ਨਹੀਂ ਪੈਸੇ ਤਾਂ ਦੇਖੋ ਜੀ, ਪੈਸੇ ਤਾਂ ਲੱਗਣਗੇ, ਜੇ ਚੀਜ਼ ਲੈਣੀ ਆ ਪੈਸੇ ਵੀ ਲੱਗਣਗੇ। ਠੀਕ ਆ ਗੱਲ, ਹਰ ਚੀਜ਼ ਦੇਖੋ, ਕੱਦ ਦੇਖੋ ਬੱਚੀ ਦਾ, ਆ ਕੱਦ ਆ ਗਿਆ ਮੈਨੂੰ ਵੀ ਕਿੰਨੀ ਪਿੱਛੇ ਹੋਏ। ਆਪਣਾ ਕੱਦ ਕਿੰਨਾ ਬਾਈ? ਮੇਰਾ 5'9" ਆ ਜੀ, ਤੇਰੇ ਏੜ ਗੇੜੀ ਆ। ਹਾਂਜੀ, ਮੇਰੇ ਲਾਗੇ ਲੱਗੀ ਪਈ ਆ ਬੱਚੀ ਦਾ, ਬਾਈ ਦੇ ਏੜ ਗੇੜੀ ਆ ਗਿਆ, ਕੱਦੇ ਦਾ ਕੱਦ ਵੀ ਫੁੱਲ ਵੱਡਾ ਤੇ ਲੰਬੀ ਵੀ ਆਪਾਂ ਕਹਿ ਸਕਦੇ, ਲੰਬੀ ਵੀ ਪੂਰੀ ਆ ਤੇ ਮੈਂ ਰੇਲ ਦੇ ਡੱਬੇ ਆ ਜਾਨੀ ਕਿ ਦੇਖੋ, ਗਰਮੀ ਨਹੀਂ ਮਨਾਉਗੀ ਜੀ, ਸਾਰੀ ਗਰਮੀ ਚ ਦੇਖ ਲਿਓ, ਜਿੱਥੇ ਮਰਜ਼ੀ ਧੁੱਪ ਚ ਬੰਨ ਦਿਓ, ਆਰਡਰ ਰੱਖੋ, ਗਰਮੀ ਨਹੀਂ ਮਨਾਉਗੀ, ਨਾਲ ਲੱਗਮਾ ਫਿਕਸ ਆਰਡਰ, ਕਸਟਮਾ ਨਹੀਂ ਰੱਖਦੀ, ਕਿਉਂਕਿ ਗਾਵਾਂ ਦਾ ਜਿਹੜਾ ਸਿਸਟਮ ਹੁੰਦਾ ਗਾਵਾਂ ਚ ਫਿਕਸ ਆਰਡਰ ਹੀ ਕਾਮਯਾਬ ਰਹਿੰਦਾ, ਸੀਲ ਠੰਡੀ ਪੂਰੀ ਆ ਜੀ, ਸੀਲ ਬਹੁਤ ਆ, ਥਾਣੇ ਦਾ ਕਾਮਯਾਬ ਰਹਿੰਦਾ ਹੁੰਦਾ, ਮੁੱਠੀ ਵਾਲਾ ਆਰਡਰ ਸੋਹਣਾ ਦਿਖਾਉਂਦੀ ਆ, ਦੰਦਾਂ ਚ ਪਿਓਰ 4 ਦੰਦਾਂ ਤੇ ਦੁੱਧ ਬਾਈ ਕਹਿੰਦਾ ਇਸ ਟਾਈਮ ਇਹਦੇ ਕੋਲ ਕੰਡੇ ਤੇ ਤੋਲਣ ਵਾਲਾ 26 ਕਿਲੋ ਹਾਜ਼ਰਾ, ਨਾਲ ਇਹਦੇ ਮੇਲ ਕਾਫ ਆ, ਮੈਲੇ ਹਜੇ ਮੱਛੀ ਲੱਗੀ ਨੀ, ਮੈਲੇ ਲੱਗ ਕੇ ਘੱਟੋ ਘੱਟ 2-3 ਕਿਲੋ 4 ਕਿਲੋ ਗਾਵਾਂ ਦਾ 5-5-6 ਕਿਲੋ ਪਾ ਜਾਂਦੀਆਂ ਜੀ ਦੁੱਧ, 5-6 ਕਿਲੋ ਦੁੱਧ ਗਾਵਾਂ ਵਧਾ ਜਾਂਦੀਆਂ ਬਾਈ, ਗਾਵਾਂ ਦੁੱਧ ਵਧਾ ਜਾਂਦੀਆਂ ਜੀ। ਹਾਂ ਤੇ ਬਾਕੀ ਗਾਵਾਂ ਦਾ ਦੁੱਧ ਜਿੰਨੀ ਵੀ ਸੇਵਾ ਕਰ ਲਓ, ਬਾਕੀ ਸੇਵਾ ਤੇ ਡਿਪੈਂਡ ਆ, ਬਾਕੀ ਮੱਛੀ ਕੱਦ ਵਾਲੇ ਪਾਸੇ ਤੋਂ ਤਾਂ ਮਾਰ ਖਾਂਦੀ ਨੀ, ਥੋੜਾ ਜਿਹਾ ਆਪੇ ਆਪਣੇ ਮੂੰਹ ਤੋਂ ਹੀ ਕਹਿ ਦਾਂਗੇ, ਥੋੜਾ ਲਿੱਸਾਪਣ ਆਏਗਾ ਬੱਚੀ 'ਚ। ਠੀਕ ਹੈ, ਜੇ ਲਿੱਸਾਪਣ ਨਾ ਹੁੰਦਾ ਬੱਚੀ 'ਚ ਕੋਈ ਲੇਖਾ ਹੀ ਨਹੀਂ ਜੀ, ਫਿਰ ਤਾਂ ਐਂ ਤਾਂ ਫਿਰ ਗ੍ਰੇਟ, ਆਪਣੇ ਮੂੰਹ ਤੋਂ ਕਹਿ ਦਿਓ ਜੀ ਚੀਜ਼, ਜੇ ਇਕੱਲੀ ਸਿਫਤਾਂ ਕਰਨ ਤੇ ਨਹੀਂ ਕੋਈ ਚੀਜ਼ ਬਣਦੀ, ਐਂ ਤਾਂ ਫਿਰ ਗ੍ਰੇਟ ਖਾਲੀ ਦਾ ਕੱਦ ਵੀ ਬੜਾ ਵੱਡਾ ਪੈਂਦਾ ਥੱਲੇ, ਉਹ ਵੀ ਲੱਤਾਂ ਤੋਂ ਮਾਰ ਖਾਂਦਾ ਹੈ ਜੀ, ਬਾਰੀ ਚੀਜ਼ ਕੋਈ ਵੀ ਹੈ, ਲੱਤਾਂ ਲੈਗ ਸਕੋਰ ਇਹਦਾ ਮਜ਼ਬੂਤ ਆ, ਜਿਹੜਾ ਆਪਣੇ ਦਾ ਕੱਦ ਆ, ਹਾਂ ਜੀ ਕੱਦ ਦੇ ਹਿਸਾਬ ਨਾਲ ਲੈਗ ਸਕੋਰ ਦੀ ਮਜ਼ਬੂਤ ਆ, ਹਲਕੀ ਜਿਵੇਂ ਆਪਾਂ ਕਹਿ ਲਈਏ ਵੀ ਕਹਿਰੀ ਜੇ ਕਹਿਰੇ ਜੇ ਅੰਗ ਦੀ ਆ, ਫਿਰ ਹੈ ਵੀ ਅਜੇ ਉਮਰ 'ਚ ਵੀ ਛੋਟੀ ਆ ਨਾ ਜੀ, ਆ 4 ਦੰਦ ਉਮਰ 'ਚ 4 ਦੰਦ ਆ ਜੀ ਸਾਰੀ, ਆ ਨੰਬਰ ਬੋਲ ਦੋ ਜੀ, 99-680-57-452 ਜੀ, 99-680-57-452 ਹਾਂਜੀ, ਤੇ ਜਿਹੜੇ ਪਸ਼ੂ ਸੂਏ ਹੋਏ ਨੇ ਉਹ ਆਪਾਂ ਡੰਗ ਤੋਂ ਡੰਗ ਚਵਾ ਦਾਂਗੇ, ਜਿੱਦਾਂ ਮਰਜ਼ੀ ਜੀ, ਜਿੱਦਾਂ ਉਹ ਆਪਣੇ ਰਹਿਣ ਦਾ ਪ੍ਰਬੰਧ ਆ ਪੂਰਾ ਜੀ, ਜਿੱਦਾਂ ਕੋਈ ਆਣ ਕੇ ਆਪਣਾ ਵੀਰ ਰਹਿਣਾ ਚਾਹੇ ਰਹਿ ਸਕਦਾ ਜੀ, ਠੀਕ ਹੈ ਜੀ, ਆਪਣਾ ਰਹਿ ਕੇ ਆਪਣਾ ਚੋ ਕੇ, ਕਹਿਣ ਦਾ ਭਾਵ ਆਪਣੀ ਆਪਣੇ ਘਰ ਦੀ ਤਸੱਲੀ, ਘਰ ਦੀ ਤਸੱਲੀ ਹੈ ਜੀ ਆਪਣੇ, ਦੋ ਟਾਈਮ 4 ਟਾਈਮ ਇਥੋਂ ਆਪਣੇ 4 ਡੰਗ ਚੋ ਕੇ ਲੈ ਜੇ ਜੀ, ਗਾਂ ਚਲੇਗੀ ਆਪਣੇ, ਕੋਈ ਗਰੰਟੀ ਨਹੀਂ ਕਿਸੇ ਤਰ੍ਹਾਂ ਦੀ, ਇਹ ਸਾਲੀ ਚੀਜ਼ ਆ ਵੀਰ ਜੀ, ਆਪਣੇ ਪੈਸੇ ਲਾਉਣੇ ਆ ਖਰੇ, ਇੱਥੇ ਚੋ ਕੇ ਲੈ ਜਾਓ ਆਪਣੇ ਘਰੇ ਜਿੱਦਾਂ ਮਰਜ਼ੀ, ਤੇ ਜਿਹੜੀਆਂ ਗੱਬੜਾਂ ਨੇ ਇਥੋਂ ਚੈੱਕ ਪਾਸ, ਜਿਹੜੀਆਂ ਚੈੱਕ ਪਾਸ ਕਰਕੇ ਲੈ ਜੇ, ਉਹੀ ਗੱਲ ਮੈਂ ਹਰੇਕ ਵੀਡੀਓ ਚ ਤੁਹਾਨੂੰ ਕਹਿਣਾ ਵੀ ਹੁੰਦਾ ਵੀ ਜਿਹੜਾ ਪਸ਼ੂ ਸੂਆ ਹੁੰਦਾ ਬਾਈ, ਉਹਨੂੰ ਡੰਗ ਦੋ ਡੰਗ
ਮਾਲਕ ਦੇ ਘਰੇ ਚੋ ਕੇ ਲਿਆਇਆ ਕਰੋ, ਤੇ ਜਿਹੜਾ ਪਸ਼ੂ ਤੁਸੀਂ ਗੱਬਣ ਲੈਂਦੇ ਹੋ ਤੋਕੜ ਗੱਬਣਾ ਉਹਨੂੰ ਬਾਈ ਮਾਲਕ ਦੇ ਘਰੇ ਚੈੱਕ ਪਾਸ ਕਰਾ ਕੇ ਲਿਆਇਆ ਕਰੋ, ਕਿਉਂਕਿ ਸਾਹਾਂ ਵਾਲੀਆਂ ਆਈਟਮਾਂ ਹੁੰਦੀਆਂ, ਗਰੰਟੀ ਇਹਨਾਂ ਦੀ ਬਾਅਦ ਚੋਂ ਕੋਈ ਨਹੀਂ ਹੁੰਦੀ। ਅੱਜ ਇੱਕ ਮਿੰਟ ਦੀ ਗਰੰਟੀ ਨਹੀਂ ਜੀ, ਇਹਦਾ ਕੀ ਗਰੰਟੀ ਹੈ? ਹਾਂਜੀ, ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਦਿਖਾ ਦਈਏ ਇੱਕ ਬੂਰੀ ਕੱਟੀ, ਇਹ 20 ਦਿਨ ਦੀ ਗੱਬਣਾ, ਜੇ ਆਪਦਾ ਖਾਲੀ ਮੰਨ ਕੇ ਲੈ ਜਾਓ, ਇੱਕ 3.5 ਮਹੀਨਿਆਂ ਦੀ ਗੱਬਣਾ, ਇੱਕ 5 ਮਹੀਨਿਆਂ ਦੀ ਗੱਬਣਾ। ਤਿੰਨ ਪਸ਼ੂ ਇਧਰੋਂ ਤਾਜ਼ੇ ਸੂਏ ਦਿਖਾਏ ਨੇ, ਇਹਨਾਂ 'ਚੋਂ ਜਿਹੜਾ ਵੀ ਪਸੰਦ ਆਊਗਾ ਬਾਈ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਾਓ। ਧੰਨਵਾਦ ਜੀ।